ਅਗਲੀ ਖਬਰ ਦੋਸਤੋ ਫਰੂਟ ਗਰੋਅਰ ਦੇ ਨਾਲ ਸੰਬੰਧਿਤ ਆ। ਓਕਨਾਗਨ ਵੈਲੀ ਸਾਡੇ ਬੀਸੀ ਦੇ ਵਿੱਚ ਬਹੁਤ ਮਸ਼ਹੂਰ ਆ, ਜਿੱਥੇ ਬਹੁਤ ਤਰ੍ਹਾਂ ਦੇ ਫਰੂਟ ਜਿਹੜੇ ਉੱਗਦੇ ਆ, ਕਈ ਤਰ੍ਹਾਂ ਦੇ ਫਲ ਇੱਥੋਂ ਬਾਹਰ ਨੂੰ ਜਿਹੜੇ ਜਾਂਦੇ ਆ, ਆਪਣੇ ਆਪ ਦੇ ਵਿੱਚ ਦੇਖਣ ਨੂੰ ਬਹੁਤ ਸੋਹਣੀ ਆ ਓਕਨਾਗਨ ਇਹਦੇ ਵੈਲੀ, ਹੋਰ ਸਾਰਾ ਕੁਛ ਉੱਥੇ ਬੜਾ ਜਿਹੜੇ ਬਾਗ ਨੇ ਉਹ ਸਾਰਾ ਕੁਛ ਦੇਖਣ ਵਾਲਾ ਹੈ। ਔਰ ਇਕੋਨਮੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਜਿਹੜਾ ਕੈਨੇਡਾ ਦਾ ਇੱਕ ਸੂਬਾ ਹੈ ਉਹਦੀ ਇਕੋਨਮੀ ਦੇ ਵਿੱਚ ਇਹਦਾ ਬਹੁਤ ਵੱਡਾ ਹਿੱਸਾ ਹੈ। ਉੱਥੇ ਕਈ ਤਰ੍ਹਾਂ ਦੀਆਂ ਸਮੱਸਿਆ ਆਉਂਦੀਆਂ ਉਹਨਾਂ ਨੂੰ ਫਰੂਟ ਤੋੜਨ ਦੀ, ਕਈ ਵਾਰੀ ਉਹ ਨਹੀਂ ਚਾਹੀਦੇ ਤੋੜਨ ਵਾਲੀ ਲੇਬਰ ਨਹੀਂ ਲੱਭਦੀ, ਕਈ ਵਾਰੀ ਮੌਸਮ ਨਹੀਂ ਠੀਕ, ਕਈ ਵਾਰੀ ਹੋਰ ਕਈ ਤਰ੍ਹਾਂ ਦੀਆਂ, ਕਈ ਵਾਰੀ ਉਹਨਾਂ ਨੂੰ ਕੀਮਤ ਨਹੀਂ ਮਿਲਦੀ ਉੱਥੇ ਅੱਗੇ, ਕੋਈ ਇੱਥੇ MSP ਤਾਂ ਉਸ ਕਿਸਮ ਦਾ ਹੈ ਨਹੀਂ ਜਿੰਨਾ ਉਹਨਾਂ ਨੂੰ ਕੀਮਤ ਚਾਹੀਦੀ ਹੁੰਦੀ, ਉਨੀ ਨਹੀਂ ਮਿਲਦੀ, ਕਈ ਕਿਸਮ ਦੀਆਂ ਜਿਹੜੀਆਂ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਹੁਣ ਜਿਹੜੀ ਇੱਕ ਸਮੱਸਿਆ ਉਹਨਾਂ ਨੂੰ ਆ ਰਹੀ ਉਹ ਬੜੀ ਅਜੀਬ ਆ, ਉਹ ਇਹ ਆ ਕਿ ਉੱਥੇ ਹਨੀਬੀਜ਼ ਜਾਣੀ ਕਿ ਸ਼ਹਿਦ ਦੀਆਂ ਮੱਖੀਆਂ ਦੀ ਕਮੀ ਹੈ। ਇਹ ਸ਼ਹਿਦ ਦੀਆਂ ਮੱਖੀਆਂ ਦੀ ਕਮੀ ਨੇ ਉਹਨਾਂ ਨੂੰ ਡਰਾ ਕੇ ਰੱਖ ਦਿੱਤਾ, ਅਤੇ ਉਹ ਚਿੰਤਤ ਇਸ ਗੱਲ ਤੋਂ ਆ ਓਕਨਾਗਨ ਵੈਲੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿ ਜੇ ਇਹ ਹਨੀਬੀਜ਼ ਦੀ ਸ਼ੋਰਟੇਜ ਇਸੇ ਤਰ੍ਹਾਂ ਰਹੀ, ਸਾਡੇ ਕੋਲ ਓਨੀਆਂ ਮਧੂ ਮੱਖੀਆਂ ਨਾ ਆਈਆਂ ਤਾਂ ਸਾਡੇ ਕੋਲ ਫਰੂਟ ਨਹੀਂ ਪੈਦਾ ਹੋਣੇ। ਤੁਹਾਨੂੰ ਪਤਾ ਹੋਊਗਾ ਕਿ ਜਿਹੜੀ ਕੁਦਰਤ ਦਾ ਇੱਕ ਵਰਤਾਰਾ ਆ, ਜਿਸ ਤਰ੍ਹਾਂ ਜਿਹੜਾ ਮਨੁੱਖਾਂ ਦੇ ਵਿੱਚ ਮਰਦ ਇਸਤਰੀ ਹੁੰਦੇ ਆ, ਮੇਲ ਫੀਮੇਲ ਹੁੰਦੇ ਆ, ਇਸੇ ਤਰ੍ਹਾਂ ਪੌਦਿਆਂ ਦੇ ਵਿੱਚ ਵੀ ਹੁੰਦੇ ਆ। ਕੁਛ ਪੌਦੇ ਮੇਲ ਫੀਮੇਲ ਹੁੰਦੇ ਆ, ਮੇਲ ਪਲਾਂਟ ਅਲੱਗ ਹੁੰਦਾ, ਫੀਮੇਲ ਪਲਾਂਟ ਅਲੱਗ ਹੁੰਦਾ। ਕੁਛ ਪੌਦਿਆਂ ਦੇ ਵਿੱਚ ਫਲਾਵਰ ਵੱਖਰੇ ਵੱਖਰੇ ਹੁੰਦੇ ਆ ਕਿ ਆਹ ਮੇਲ ਫਲਾਵਰ ਆ, ਆਹ ਫੀਮੇਲ ਫਲਾਵਰ ਆ, ਨਰ ਅਤੇ ਮਾਦਾ ਹੁੰਦੇ ਆ। ਬਹੁਤ ਸਾਰੇ ਪੌਦਿਆਂ ਦੇ ਵਿੱਚ ਇੱਕ ਫਲਾਵਰ ਦੇ ਵਿੱਚ ਪਾਰਟਸ ਅਲੱਗ ਅਲੱਗ ਹੁੰਦੇ ਆ ਕਿ ਮੇਲ ਪਾਰਟ ਆ ਅਤੇ ਫੀਮੇਲ ਪਾਰਟ ਆ। ਉਹਨਾਂ ਦੇ ਵਿੱਚ ਜਿਹੜੀ ਪੋਲੀਨੇਸ਼ਨ ਹੁੰਦੀ, ਜਿਹੜਾ ਬੂਰ ਹੁੰਦਾ, ਇਸ ਵੇਲੇ ਪੋਲਨਸ ਹੁੰਦੇ ਹਵਾ ਦੇ ਵਿੱਚ ਉੱਡਦੇ ਅੱਜ ਕੱਲ੍ਹ ਸਾਨੂੰ ਦਿਸਦੇ ਆ, ਉਹ ਜਿਹੜੀਆਂ ਹਨੀਬੀਜ਼ ਦਾ ਕੀ ਕੰਮ ਆ, ਇਹ ਸਮੱਸਿਆ ਕਿੱਥੋਂ ਪੈਦਾ ਹੋ ਰਹੀ ਆ? ਉਹ ਹਨੀਬੀਜ਼ ਉਹਨਾਂ ਫੁੱਲਾਂ ਦੇ ਉੱਤੇ ਜਾ ਕੇ ਮਧੂ ਮੱਖੀਆਂ, ਸ਼ਹਿਦ ਦੀਆਂ ਮੱਖੀਆਂ ਬੈਠਦੀਆਂ, ਜਾਂ ਕੋਈ ਵੀ ਇਨਸੈਕਟ ਜਿਹੜੇ ਬੈਠਦੇ ਆ, ਉਹ ਬੈਠ ਕੇ ਇੱਕ ਤਾਂ ਉੱਥੋਂ ਨੈਕਟਰ ਆਪਣਾ ਸ਼ਹਿਦ ਉਹਨਾਂ ਨੇ ਇਕੱਠਾ ਕਰਨਾ ਹੁੰਦਾ ਫੁੱਲਾਂ ਤੋਂ। ਦੂਜਾ ਕੀ ਆ, ਉਹਨਾਂ ਦੇ ਜਿਹੜੇ ਖੰਭ ਹੁੰਦੇ ਆ ਜਾਂ ਉਹਨਾਂ ਦੇ ਬੋਡੀ ਪਾਰਟਸ ਹੁੰਦੇ ਆ, ਉਹਨਾਂ ਦੇ ਉੱਤੇ ਉਹ ਬੂਰ ਲੱਗ ਜਾਂਦਾ। ਉਹ ਫਿਰ ਜਦੋਂ ਦੂਜੇ ਪਲਾਂਟ ਦੇ ਉੱਤੇ ਜਾ ਕੇ ਬੈਠਦੀਆਂ ਆ ਤਾਂ ਉਹ ਬੂਰ ਉੱਥੇ ਚਲਿਆ ਜਾਂਦਾ। ਉੱਥੇ ਜਾਣ ਦੇ ਨਾਲ ਉਹਨਾਂ ਦੇ ਵਿੱਚ ਜਿਹੜੀ ਫਰਟੀਲਾਈਜੇਸ਼ਨ ਹੋ ਜਾਂਦੀ ਆ, ਮਤਲਬ ਉਹ ਜਿਹੜਾ ਬੂਰ ਆ, ਪੋਲਨ ਗ੍ਰੇਨਸ ਆ, ਜਿਹੜੇ ਪਰਾਗ ਕਣ ਜਿਹਨਾਂ ਨੂੰ ਕਹਿੰਦੇ ਆ, ਜੇ ਉਹ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾਣਗੇ ਤਾਂ ਜਿਹੜਾ ਫਰੂਟ ਬਣਨਾ, ਫੁੱਲ ਬਣਨਾ, ਉਹਦੇ ਤੋਂ ਬਾਅਦ ਫਿਰ ਉਹ ਫਰੂਟ ਜਿਹੜਾ ਬਣਨਾ, ਨਹੀਂ ਤਾਂ ਨਹੀਂ ਬਣਨਾ। ਹੁਣ ਉਹ ਕੰਮ ਕਿਹਦਾ ਆ ਸਭ ਤੋਂ ਜ਼ਿਆਦਾ? ਉਹ ਹਨੀਬੀਜ਼ ਦਾ ਆ। ਇੱਥੇ ਹਨੀਬੀਜ਼ ਭਾਵੇਂ ਇੱਕ ਫੁੱਲ ਦੇ ਵਿੱਚ ਹੀ ਵੱਖਰੇ ਵੱਖਰੇ ਪਾਰਟ ਹੁੰਦੇ ਆ, ਮੇਲ ਫੀਮੇਲ ਦੇ ਪਾਰਟ, ਉਹਨਾਂ ਦੇ ਉੱਤੇ ਵੀ ਜਦੋਂ ਇਨਸੈਕਟ ਬੈਠਦੇ ਆ, ਇਹ ਪਤੰਗੇ, ਕੀੜੇ ਪਤੰਗੇ ਬੈਠਦੇ ਆ, ਉਹਨੂੰ ਹਿਲਜੁਲ ਕਰਦੇ ਆ, ਤਾਂ ਉਹਦੇ ਤੋਂ ਬਾਅਦ ਉਹ ਕੁਦਰਤ ਦਾ ਵਰਤਾਰਾ ਇਸ ਤਰ੍ਹਾਂ ਦਾ ਆ ਕਿ ਫਿਰ ਉੱਥੇ ਜਾ ਕੇ ਉਹ ਜਿਹੜਾ ਉਹਦੇ ਵਿੱਚ ਪੋਲੀਨੇਸ਼ਨ ਹੁੰਦੀ ਆ, ਅਤੇ ਫਿਰ ਉਹਦੇ ਵਿੱਚ ਮੇਲ ਫੀਮੇਲ ਮਿਲਦੇ ਆ, ਫਿਰ ਸੀਡ ਬਣਦਾ ਅਤੇ ਉਹ ਫਰੂਟ ਬਣਦਾ ਆ। ਹੁਣ ਉੱਥੇ ਹਨੀਬੀਜ਼ ਦੀ ਕਮੀ ਆ ਰਹੀ, ਕਾਰਨ ਪਤਾ ਨਹੀਂ ਲੱਗ ਰਿਹਾ ਕਿ ਸ਼ੋਰਟੇਜ ਕਿਉਂ ਆ। ਬਹੁਤ ਸਾਰੇ ਲੋਕ ਜਿਹੜੇ ਮਾਹਰ ਆ ਇਸ ਕੰਮ ਦੇ, ਮਧੂ ਮੱਖੀਆਂ ਦੇ, ਉਹ ਦੱਸਦੇ ਆ ਕਿ ਇਸ ਵਾਰੀ ਇਸ ਸੀਜ਼ਨ ਦੇ ਵਿੱਚ ਬਹੁਤ ਵੱਡੀ ਸਮੱਸਿਆ ਆ। ਔਰ ਇੱਕ ਵਿਅਕਤੀ ਨੇ ਤਾਂ ਇੱਥੋਂ ਤੱਕ ਦੱਸਿਆ, ਉਹ ਕਹਿੰਦਾ ਮੈਂ 20 ਸਾਲ ਤੋਂ ਹੋ ਗਿਆ ਇਹ ਕੰਮ ਕਰਦੇ ਨੂੰ, 20 ਸਾਲਾਂ ਦੇ ਵਿੱਚ ਕਦੇ ਐਡੀ ਵੱਡੀ ਹਨੀਬੀਜ਼ ਦੀ ਸ਼ੋਰਟੇਜ ਨਹੀਂ ਆਈ, ਇਹਨਾਂ ਮਧੂ ਮੱਖੀਆਂ ਦੀ, ਸ਼ਹਿਦ ਦੀਆਂ ਮੱਖੀਆਂ ਦੀ ਕਮੀ ਨਹੀਂ ਆਈ ਕਿ ਪੋਲੀਨੇਸ਼ਨ ਕਰਨ ਦੇ ਵਿੱਚ ਪ੍ਰੋਬਲਮ ਹੋ ਜਾਵੇ। ਸੋ ਇਹ ਉਹ ਕਹਿੰਦੇ ਬਹੁਤ ਜ਼ਿਆਦਾ ਸਟ੍ਰੈਸਫੁੱਲ ਸਮਾਂ ਆ ਸਾਡੇ ਲਈ, ਕਿ ਜੇ ਇਹ ਮੱਖੀਆਂ ਸਮੇਂ ਦੇ ਅਨੁਸਾਰ ਨਾ ਮਿਲੀਆਂ ਜਾਂ ਨਾ ਇੱਥੇ ਆਈਆਂ ਤਾਂ ਹੋ ਸਕਦਾ ਐਤਕੀ ਫਰੂਟ ਬਹੁਤ ਘੱਟ ਹੋਵੇ ਅਤੇ ਜਾਂ ਨਾ ਹੀ ਹੋਵੇ। ਇਸੇ ਤੱਕ ਵੀ ਖਦਸ਼ਾ ਜਿਹੜਾ ਪ੍ਰਗਟ ਕੀਤਾ ਜਾ ਰਿਹਾ। ਬਹੁਤ ਸਾਰੇ ਲੋਕ ਨੇ ਜਿਹੜੇ ਕਮਰਸ਼ੀਅਲ ਬੀ ਕੀਪਿੰਗ ਕਰਦੇ ਆ, ਉਹ ਕਮਰਸ਼ੀਅਲ ਤੌਰ 'ਤੇ ਨਾ ਮੱਖੀਆਂ ਨੂੰ ਰੱਖਦੇ, ਉਹਦਾ ਬਿਜ਼ਨਸ ਰੱਖਦੇ ਆ। ਕਈ ਲੋਕ 20-30 ਸਾਲ ਤੋਂ ਇੱਥੇ ਕਰ ਰਹੇ ਆ, ਉਹ ਕਹਿੰਦੇ ਵੀ ਅਸੀਂ ਮੈਨੀਟੋਬਾ ਤੱਕ ਜਾ ਆਏ ਹਾਂ ਇਹਨਾਂ ਨੂੰ ਲੱਭਣ ਦੇ ਲਈ, ਕਿ ਸਾਨੂੰ ਜਿਹੜੇ ਛੱਤੇ ਆ ਉਹ ਚੰਗੇ ਐਨਫ ਛੱਤੇ ਜਿਹੜੇ ਆ ਉਹ ਮਿਲ ਜਾਣ, ਜਿਨ੍ਹਾਂ ਦੀ ਕਿ ਓਕਨਾਗਨ ਦੇ ਵਿੱਚ ਡਿਮਾਂਡ ਆ। ਅਤੇ ਹੁਣ ਜੇ ਇਹ ਨਾ ਹੋਇਆ ਤਾਂ ਫਿਰ ਉਹਦੇ ਨਾਲ ਸੰਕਟ ਪੈਦਾ ਹੋ ਸਕਦਾ। ਜੇ ਇਹਨੂੰ ਗੱਲ ਨੂੰ, ਕਈ ਵਾਰੀ ਪੋਲੀਨੇਸ਼ਨ ਦੇ ਕਈ ਤਰੀਕੇ ਆ, ਜ਼ਰੂਰੀ ਨਹੀਂ ਸਾਰੇ ਹਨੀਬੀਜ਼ ਦੇ ਨਾਲ ਜਾਂ ਸ਼ਹਿਦ ਦੀਆਂ ਮੱਖੀਆਂ ਦੇ ਨਾਲ ਇਹ ਬੀ ਬਣਦੇ ਆ, ਕਈ ਮਤਲਬ ਹਵਾ ਦੇ ਵਿੱਚ ਵੀ ਹੁੰਦੇ ਆ, ਇਹ ਹਵਾ 'ਚ ਵੀ ਮਤਲਬ ਕੁਦਰਤ ਦਾ ਹਿਸਾਬ ਕਿਤਾਬ ਇਸ ਤਰ੍ਹਾਂ ਦਾ, ਹਵਾ ਦੇ ਵਿੱਚ ਉੱਡ ਕੇ ਚਲੇ ਜਾਂਦੇ ਆ। ਜਿੱਦਾਂ ਆਪਾਂ, ਤੁਹਾਨੂੰ ਯਾਦ ਹੋਊਗਾ, ਪੰਜਾਬ ਦੇ ਵਿੱਚ ਆਪਾਂ ਛੱਲੀਆਂ ਬੀਜਦੇ ਹਾਂ, ਇੱਥੇ ਵੀ ਹੁੰਦੀਆਂ ਛੱਲੀਆਂ ਦੇ ਵਿੱਚ ਇੱਕ ਸਿਰੇ ਦੇ ਉੱਤੇ ਦੁੰਬ ਜਿਹਾ ਲੱਗਿਆ ਹੁੰਦਾ, ਦੁੰਬ ਦੇ ਵਿੱਚ ਬੂਰ ਹੁੰਦਾ ਅਤੇ ਥੱਲੇ ਛੱਲੀ ਲੱਗਦੀ ਹੈ, ਛੱਲੀ ਦੇ ਵਿੱਚ ਉਹ ਪਰਦੇ ਦੇ ਵਿੱਚ ਬਾਲ ਜੇ ਉਹਦੇ ਬਾਹਰ ਆਏ ਹੁੰਦੇ, ਉਹ ਜਿਹੜਾ ਦੁੰਬ ਦਾ ਬੂਰ ਆ ਜਦੋਂ ਝੜਦਾ ਆ, ਝੜ ਕੇ ਛੱਲੀ ਦੇ ਉਹਨਾਂ ਵਾਲਾਂ ਦੇ ਉੱਤੇ ਪੈਂਦਾ ਹੈ, ਤਾਂ ਉਹਦੇ ਵਿੱਚ ਦੀ ਫਿਰ ਉਹ ਜਿਹੜੇ ਪੋਲਨਸ ਆ ਅੰਦਰ ਜਾਂਦੇ ਆ, ਅਤੇ ਫਿਰ ਉਹ ਗੁੱਲ ਦੇ ਉੱਤੇ ਸੀਡਸ ਲੱਗਦੇ ਆ, ਦਾਣੇ ਬਣਦੇ ਆ। ਅਤੇ ਜੇ ਤੁਸੀਂ ਉਹਦਾ ਉੱਪਰਲਾ ਪਾਰਟ ਕੱਟੀ ਜਾਓ ਜਾਂ ਛੱਲੀ ਨੂੰ ਢੱਕ ਦਿਓ, ਤਾਂ ਉਹਦੀ ਪੋਲੀਨੇਸ਼ਨ ਨਹੀਂ ਹੋਣੀ, ਉਹਦੇ ਵਿੱਚ ਬੀਜ ਨਹੀਂ ਬਣਨਾ, ਉਹਦਾ ਜਿਹੜਾ ਫੁੱਲ ਆ ਉੱਤੇ ਜਿਹੜਾ ਦੁੰਬ ਜਿਹਾ ਲੱਗਿਆ ਹੁੰਦਾ ਟਾਂਡੇ ਦੇ ਉੱਤੇ, ਸਿਖਰ ਦੇ ਉੱਤੇ, ਉਹਦਾ ਮੇਲ ਪਾਰਟ ਆ, ਛੱਲੀ ਜਿਹੜੀ ਆ ਉਹ ਫੀਮੇਲ ਪਾਰਟ ਆ। ਕਈ ਪਲਾਂਟਸ ਦੇ ਵਿੱਚ ਫਲਾਵਰ ਹੀ ਇੱਕ ਆ, ਫੁੱਲ ਇੱਕ ਹੁੰਦਾ, ਪਰ ਉਹਦੇ ਭਾਗ ਵੱਖਰੇ ਵੱਖਰੇ ਹੁੰਦੇ ਆ, ਮੇਲ ਜਾਂ ਫੀਮੇਲ।
ਉਹਦੇ ਵਿੱਚ ਫਿਰ ਇਹ ਸਮੱਸਿਆ ਆਉਂਦੀ। ਸੋ ਹਵਾ ਦੇ ਨਾਲ ਵੀ ਪੋਲੀਨੇਸ਼ਨ ਹੁੰਦੀ ਆ। ਜਿਹੜੇ ਵਿਗਿਆਨੀ ਕ੍ਰੋਸ ਪੋਲੀਨੇਸ਼ਨ ਕਰਦੇ ਆ ਕਿ ਇੱਕ ਦੇ ਜਿਹੜੇ ਪੋਲਨਸ ਨੇ ਉਹ ਦੂਜੀ ਵਰਾਇਟੀ ਦੇ ਉੱਤੇ ਲੈ ਜਾਂਦੇ ਅਤੇ ਫਿਰ ਉਹਨਾਂ ਨੂੰ ਕ੍ਰੋਸ ਉਹਦੀ ਪੋਲੀਨੇਸ਼ਨ ਕੀਤੀ ਜਾਂਦੀ ਹੈ। ਸੋ ਇਹਦੇ ਵਿੱਚ ਇਨਸੈਕਟਸ ਦਾ ਬਹੁਤ ਵੱਡਾ ਰੋਲ ਆ। ਸੋ ਇੱਕ ਬਹੁਤ ਦੇਖਣ ਵਾਲੀ ਗੱਲ ਇਹ ਵੀ ਆ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਕੁਦਰਤ ਨਾਲ ਕਿਤੇ ਨਾ ਕਿਤੇ ਛੇੜਛਾੜ ਹੋਈ ਆ, ਇਹ ਵੀ ਇੱਕ ਕਾਰਨ ਦੱਸਿਆ ਜਾ ਰਿਹਾ ਕਿ ਇਸ ਚੀਜ਼ ਦਾ, ਜਿਹੜੇ ਠੰਡ ਵਾਲੇ ਦਿਨ ਹੁੰਦੇ ਆ ਉਹਨਾਂ ਦੇ ਵਿੱਚ ਇਹ ਜਿਹੜਾ ਇਹਨਾਂ ਦਾ ਵਾਧਾ ਘੱਟਦਾ ਰਹਿੰਦਾ ਆ। ਪਰ ਜਦੋਂ ਕੁਦਰਤ ਦੇ ਨਾਲ ਛੇੜਛਾੜ ਹੁੰਦੀ ਆ, ਉਸ ਫੂਡ ਚੇਨ ਦੇ ਵਿੱਚੋਂ, ਪੂਰੀ ਭੋਜਨ ਲੜੀ ਦੇ ਵਿੱਚੋਂ ਇੱਕ ਚੀਜ਼ ਵੀ ਇੱਧਰ ਉੱਧਰ ਹੋ ਗਏ, ਹਨੀ ਬੀਜ਼ ਹੀ ਇੱਧਰ ਉੱਧਰ ਹੋ ਗਈਆਂ, ਤਾਂ ਉਹਦੇ ਨਾਲ ਹੀ ਸਾਰੇ ਦਾ ਸਾਰਾ ਸਟਰਕਚਰ ਵਿਗੜ ਜਾਂਦਾ। ਫਿਰ ਫਰੂਟ ਨਹੀਂ ਬਣਨਾ, ਫਿਰ ਫਲਾਵਰ ਦੇ ਉੱਤੇ ਪੋਲੀਨੇਸ਼ਨ ਨਹੀਂ ਹੋਣੀ ਜਾਂ ਘੱਟ ਹੋਣੀ ਆ। ਸੋ ਜਿੱਥੇ ਇਹਨਾਂ ਨੂੰ ਜਿਹੜੇ ਫਰੂਟ ਗਰੋ ਕਰਨ ਵਾਲੇ ਨੇ ਓਕਨਾਗਨ ਵੈਲੀ ਦੇ ਵਿੱਚ, ਉਹਨਾਂ ਨੂੰ ਚਿੰਤਾ ਹੁੰਦੀ ਆ ਕਿ ਸਾਨੂੰ ਇਸ ਵੇਲੇ ਲੇਬਰ ਨਹੀਂ ਮਿਲ ਰਹੀ, ਕਦੇ ਉਹਨਾਂ ਨੂੰ ਚਿੰਤਾ ਹੁੰਦੀ ਆ ਕਿ ਸਾਨੂੰ ਅੱਗੇ ਰੇਟ ਘੱਟ ਮਿਲ ਰਿਹਾ, ਐਤਕੀ ਉਹ ਇੰਡਸਟਰੀ ਇੱਕ ਵੱਖਰੀ ਸਮੱਸਿਆ ਦਾ ਸਾਹਮਣਾ ਕਰ ਰਹੀ ਆ, ਜਿਹਦੇ ਵਿੱਚ ਕਿ ਹਨੀ ਬੀਜ਼ ਦੀ, ਸ਼ਹਿਦ ਦੀਆਂ ਮੱਖੀਆਂ ਦੀ ਕਮੀ ਪਾਈ ਜਾ ਰਹੀ ਹੈ, ਜਿਹਦੇ ਨਾਲ ਉਹਨਾਂ ਨੂੰ ਡਰ ਆ ਕਿਤੇ ਇੱਦਾਂ ਨਾ ਹੋਵੇ ਕਿ ਐਤਕੀ ਪੋਲੀਨੇਸ਼ਨ ਨਾ ਹੋਵੇ, ਉਹਨਾਂ ਦੀ ਜਿਹੜੀ ਆ ਕਮੀ ਆ ਜਾਵੇ ਅਤੇ ਫਰੂਟ ਨਾ ਬਣੇ ਜਾਂ ਬਹੁਤ ਘੱਟ ਬਣੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।